ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 14 ਮਾਰਚ ਨੂੰ ਦੁਨੀਆ ਭਰ ਵਿੱਚ ਸਿੱਖ ਵਾਤਾਵਰਨ ਦਿਵਸ ਦੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਕੀਤੀਆਂ ਜਾ ਰਹੀਆਂ ਨੇ। 14 ਮਾਰਚ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਜਿਨ੍ਹਾਂ ਨੇ ਸਾਨੂੰ ਵਣ ਜੀਵਨ ਅਤੇ ਕੁਦਰਤ ਦੇ ਨਾਲ ਜੋੜਨ ਲਈ ਜੀਵਨ ਭਰ ਜਿਹੜੇ ਪ੍ਰਯਤਨ ਕੀਤੇ, ਅਤੇ ਇਹ ਦਿਵਸ ਨੂੰ ਅਸੀਂ ਕਈ ਸਾਲਾਂ ਤੋਂ ਪਿਛਲੇ ਮਨਾਉਂਦੇ ਆ ਰਹੇ ਹਾਂ। ਅਤੇ ਅੱਜ ਅਸੀਂ ਤੁਹਾਡੇ ਨਾਲ ਇਹੀ ਵਿਚਾਰ ਸਾਂਝੇ ਕਰਨ ਆਇਆ ਕਿ ਅਸੀਂ ਆਪਣੇ ਗੁਰੂ ਘਰਾਂ ਤੋਂ, ਅਦਾਰਿਆਂ ਤੋਂ, ਸਕੂਲਾਂ ਤੋਂ, ਕਾਲਜਾਂ ਤੋਂ ਇਹ ਸਿੱਖ ਵਾਤਾਵਰਨ ਦਿਵਸ ਕਿਵੇਂ ਮਨਾਈਏ। ਇਹਦੇ ਲਈ ਪਹਿਲਾ ਨੁਕਤਾ ਇਹ ਹੈ ਕਿ ਅਸੀਂ ਆਪਣੇ ਅਦਾਰਿਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਕੁਦਰਤ ਸੰਬੰਧੀ ਗੁਰਬਾਣੀ ਦਾ ਕੀਰਤਨ ਕਰਵਾਈਏ, ਕੀਰਤਨ ਦੀਵਾਨ ਸਜਾਈਏ, ਕਥਾ ਦੀਵਾਨ ਸਜਾਈਏ। ਇਹਦੇ ਵਿੱਚ ਜਿਹੜੇ ਸਾਰੇ ਸ਼ਬਦ ਨੇ ਕੁਦਰਤ ਦੇ ਪ੍ਰਤੀ, ਕੁਦਰਤ ਦਿਸੈ, ਕੁਦਰਤ ਸੁਣੀਏ, ਕੁਦਰਤ ਭਉ ਸੁਖਸਾਰ, ਜਾਂ ਪਵਨ ਪਾਣੀ ਬੇਸੰਤਰ ਮਾਹੇ, ਜੋ ਵੀ ਇੱਦਾਂ ਦੇ ਸ਼ਬਦ ਆਉਂਦੇ ਨੇ ਜੋ ਸਾਨੂੰ ਕੁਦਰਤ ਨਾਲ ਜੋੜਦੇ ਨੇ, ਇਹਨਾਂ ਦਾ ਗਾਇਨ ਕੀਤਾ ਜਾ ਸਕਦਾ ਹੈ। ਅਤੇ ਨਾਲ ਹੀ ਗੁਰੂ ਹਰਿਰਾਏ ਜੀ ਦੀਆਂ ਜਿਹੜੀਆਂ ਸਾਖੀਆਂ ਜੋ ਸਾਨੂੰ ਕੁਦਰਤ ਦੀ ਸਾਰ ਸੰਭਾਲ ਲਈ, ਮਾਤਾ ਧਰ ਦੀ ਸਾਰ ਸੰਭਾਲ ਲਈ ਪ੍ਰੇਰਿਤ ਕਰਦੀਆਂ ਨੇ, ਉਹ ਸਾਰੀ ਸੰਗਤ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ। ਇਸੇ ਲੜੀ ਵਿੱਚ ਦੂਸਰਾ ਨੁਕਤਾ ਆਉਂਦਾ ਹੈ ਰੁੱਖ ਲਗਾਉਣ ਦਾ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਾਹ ਕਿੰਨੇ ਜ਼ਰੂਰੀ ਨੇ ਹਰ ਇੱਕ ਵਿਅਕਤੀ ਲਈ, ਸਾਹ ਲੈਣ ਦੀ ਕੀ ਮਹੱਤਤਾ ਹੈ, ਉਹਦੇ ਨਾਲ ਨਾਲ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਰ ਇੱਕ ਵਿਅਕਤੀ ਲਈ 8 ਪੇੜਾਂ ਦੀ ਜ਼ਰੂਰਤ ਹੈ, 8 ਰੁੱਖ ਚਾਹੀਦੇ ਨੇ ਸਾਨੂੰ ਜੀਵਨ ਭਰ ਸਾਹ ਲੈਣ ਲਈ। ਤਾਂ ਇਹ ਦੇਖਣਾ ਜ਼ਰੂਰੀ ਹੈ ਕਿ ਅਸੀਂ ਆਪਣੇ ਲਈ ਕਿੰਨੇ ਲਾਏ ਨੇ, ਅਸੀਂ ਆਪਣੇ ਬੱਚਿਆਂ ਲਈ ਕਿੰਨੇ ਲਾਏ ਨੇ। ਮੇਰੇ ਵੱਲੋਂ ਗੁਜ਼ਾਰਿਸ਼ ਹੈ ਕਿ ਹਰ ਆਦਮੀ, ਹਰ ਵਿਅਕਤੀ ਉਸ ਦਿਨ ਘੱਟੋ ਘੱਟ 1 ਰੁੱਖ ਲਗਾਓ। ਤੀਸਰਾ ਨੁਕਤਾ ਆਉਂਦਾ ਹੈ ਔਰਗੈਨਿਕ ਲੰਗਰ ਦਾ। ਉਸ ਦਿਨ ਆਪਣੇ ਗੁਰੂ ਘਰਾਂ ਦੇ ਵਿੱਚ ਔਰਗੈਨਿਕ ਲੰਗਰ ਬਣਾਓ ਅਤੇ ਸੰਗਤ ਨੂੰ ਛਕਾਓ, ਨਾਲੇ ਸੰਗਤ ਨੂੰ ਇਸ ਬਾਰੇ ਜਾਣੂ ਕਰੋ ਕਿ ਜੈਵਿਕ ਭੋਜਨ ਦੀ ਕੀ ਮਹੱਤਤਾ। ਸਾਡੇ ਲਈ ਇਹ ਚੌਥਾ ਨੁਕਤਾ ਬਣ ਜਾਂਦਾ ਹੈ ਕਿ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਤੇ ਆਪਣੇ ਘਰਾਂ ਦੇ ਵਿੱਚ ਰੀਸਾਈਕਲਿੰਗ ਜਿਹੜੀ ਹੈ ਉਹਨੂੰ ਸ਼ੁਰੂ ਕਰੀਏ, ਉਹਨੂੰ ਅਡੋਪਟ ਕਰੀਏ ਤੇ ਹੋਰਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਵਾਈਏ। ਚਾਹੇ ਉਹ ਪੇਪਰ ਹੋਵੇ, ਕੱਚ ਹੋਵੇ ਜਾਂ ਪਲਾਸਟਿਕ ਹੋਵੇ, ਕਿਸੇ ਤਰ੍ਹਾਂ ਦਾ ਵੀ ਕੋਈ ਵੀ ਵੇਸਟ ਮਟੀਰੀਅਲ ਹੋਵੇ, ਉਹਨੂੰ ਇੱਕ ਵਾਰੀ ਰੀਸਾਈਕਲ ਜਿਹੜਾ ਉਹ ਜ਼ਰੂਰ ਕਰੀਏ। ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ LED ਅਤੇ ਸੋਲਰ ਪੈਨਲਸ ਲਗਾਈਏ ਤਾਂ ਕਿ ਸਾਡੇ ਗੁਰੂ ਘਰ ਐਨਰਜੀ ਐਫੀਸ਼ੀਐਂਟ ਬਣਨ। ਇਹਦੇ ਨਾਲ ਹੀ ਗੁਰੂ ਘਰਾਂ ਤੋਂ ਸਾਰੀ ਸੰਗਤ ਵਿੱਚ ਸਾਨੂੰ ਐਨਰਜੀ ਐਫੀਸ਼ੀਐਂਟ ਹੋਣ ਦਾ ਸੁਨੇਹਾ ਜਿਹੜਾ ਉਹ ਘਰ ਘਰ ਵਿੱਚ ਪਹੁੰਚਾਉਣ ਦੀ ਲੋੜ ਹੈ। 6ਵਾਂ ਨੁਕਤਾ ਹੈ ਜੀ, ਅਸੀਂ ਕੁਦਰਤ ਨੂੰ ਮਾਣੀਏ। ਕੁਦਰਤ ਵਿੱਚ ਜਾ ਕੇ ਸੰਗਤ ਨਾਲ ਸੈਰ ਕਰੀਏ ਜਾਂ ਫਿਰ ਸਾਈਕਲ ਰੈਲੀ ਦਾ ਆਯੋਜਨ ਕਰੀਏ। ਤੁਸੀਂ ਮੈਰਾਥੋਨ ਵੀ ਕਰ ਸਕਦੇ ਹੋ ਆਪਣੇ ਸ਼ਹਿਰ ਵਿੱਚ ਅਤੇ ਸੰਗਤ ਨੂੰ ਉਸ ਰਾਹੀਂ ਵੀ ਜਾਗਰੂਕ ਕਰ ਸਕਦੇ ਹੋ। ਇਸ ਦੇ ਨਾਲ ਅਖੀਰਲਾ ਨੁਕਤਾ ਇਹ ਹੈ ਜੀ ਕਿ ਅਸੀਂ ਹੁਣ ਇਸ ਵਰਡ ਨੂੰ ਸਪਰੈਡ ਕਰੀਏ। ਜਿਹੜੀ ਇਨਫੋਰਮੇਸ਼ਨ ਸਾਨੂੰ ਮਿਲ ਚੁੱਕੀ ਹੈ ਹੁਣ ਅਸੀਂ ਉਹਨਾਂ ਨੂੰ ਸੰਗਤ ਨਾਲ ਸ਼ੇਅਰ ਕਰੀਏ, ਅਤੇ ਚਾਹੇ ਇਹਦੇ ਲਈ ਅਸੀਂ ਸੈਮੀਨਾਰ, ਲੈਕਚਰ ਜਾਂ ਵਰਕਸ਼ਾਪ ਕਰਵਾਈਏ ਗੁਰਦੁਆਰੇ ਵਿੱਚ, ਕਾਲਜ ਵਿੱਚ, ਕਿਤੇ ਵੀ ਜਾ ਕੇ ਅਸੀਂ ਇਹ ਸੈਮੀਨਾਰ ਕਰਕੇ ਸੰਗਤ ਨੂੰ ਹੁਣ ਇਸ ਬਾਰੇ ਅੱਗੇ ਪ੍ਰੇਰਿਤ ਕਰੀਏ ਕਿ ਉਹ ਵੀ ਧਰਤੀ ਦੇ ਵੱਧ ਰਹੇ ਤਾਪਮਾਨ ਅਤੇ ਧਰਤੀ ਦੀ ਸਾਰ ਸੰਭਾਲ ਵਿੱਚ ਆਪਣਾ ਯੋਗਦਾਨ ਪਾ ਸਕਣ। ਸਾਧ ਸੰਗਤ ਜੀ, ਇਹ ਸਨ 7 ਸਰਲ ਨੁਕਤੇ 14 ਮਾਰਚ ਸਿੱਖ ਵਾਤਾਵਰਨ ਦਿਵਸ ਨੂੰ ਮਨਾਉਣ ਦੇ ਲਈ। ਅਤੇ ਅਸੀਂ ਹੁਣ ਉਮੀਦ ਰੱਖਦੇ ਹਾਂ ਕਿ ਤੁਸੀਂ ਸਿੱਖ ਵਾਤਾਵਰਨ ਦਿਵਸ ਆਪਣੇ ਗੁਰੂ ਘਰਾਂ 'ਚ, ਆਪਣੇ ਅਦਾਰਾਂ 'ਚ, ਦੁਨੀਆਂ ਦੇ ਹਰ ਸ਼ਹਿਰ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ ਇਸ ਦਿਵਸ ਨੂੰ ਜ਼ਰੂਰ ਮਨਾਓਗੇ, ਤਾਂ ਕਿ ਅਸੀਂ ਧਰਤੀ ਦੀ, ਮਾਤਾ ਧਰਤੀ ਦੀ ਸਾਰ ਸੰਭਾਲ ਕਰ ਸਕੀਏ। ਨਾ ਕੇਵਲ ਆਪਣੇ ਜੀਵਨ ਲਈ ਬਲਕਿ ਸਾਡੀ ਆਉਣ ਵਾਲੀ ਸਾਰੀ ਜਨਰੇਸ਼ਨ ਹੈ ਜਿਹੜੀ ਕਿ ਸਾਡੇ ਵੱਲ ਅੱਜ ਦੇਖ ਰਹੀ ਹੈ, ਸਾਰੀ ਦੁਨੀਆਂ ਦੇ ਸਾਰੇ ਧਰਮ ਸਾਡੇ ਵੱਲ, ਸਿੱਖਾਂ ਵੱਲ ਦੇਖ ਰਹੇ ਨੇ ਕਿ ਸਿੱਖ ਆਪਣੇ ਗੁਰੂ ਜੀ ਦਾ ਆਖਾ ਮੰਨਦੇ ਹੋਏ ਕਿਵੇਂ ਧਰਤੀ ਦੀ ਸਾਰ ਸੰਭਾਲ ਕਰਨਗੇ। ਸੋ ਇਹਨਾਂ 7 ਨੁਕਤਿਆਂ ਦੇ ਨਾਲ ਤੁਸੀਂ ਕੋਈ ਵੀ ਨੁਕਤਾ ਚੂਜ਼ ਕਰਕੇ ਆਪਣੇ ਗੁਰੂ ਘਰ ਦੇ ਵਿੱਚ ਸਿੱਖ ਵਾਤਾਵਰਨ ਦਿਵਸ ਮਨਾ ਸਕਦੇ ਹਾਂ। ਹੋਰ ਇਨਫੋਰਮੇਸ਼ਨ ਲੈਣ ਲਈ ਤੁਹਾਡੀ ਸਕਰੀਨ ਦੇ ਉੱਤੇ ਸਾਡੀ ਵੈਬਸਾਈਟ www.ecosikh.org ਇੱਥੇ ਰਜਿਸਟਰ ਕਰੋ, ਸਾਨੂੰ ਸੰਪਰਕ ਕਰੋ, ਸਾਡੇ ਨੰਬਰਾਂ 'ਤੇ ਸਾਨੂੰ ਕਾਲ ਕਰੋ, ਆਪਣੀਆਂ ਡੈਕਲੇਰੇਸ਼ਨਸ ਅਤੇ ਆਪਣੀਆਂ ਪ੍ਰੈਸ ਰਿਲੀਜ਼ਸ, ਆਪਣੀਆਂ ਪਿਕਚਰਸ, ਵੀਡੀਓਜ਼ ਸਾਡੇ ਨਾਲ ਈਮੇਲ ਰਾਹੀਂ ਸਾਂਝੀਆਂ ਕਰ ਸਕਦੇ ਹੋ। ਅਸੀਂ ਉਮੀਦ ਰੱਖਦੇ ਹਾਂ ਕਿ ਰਲ ਮਿਲ ਕੇ ਅਸੀਂ ਗੁਰੂ ਹਰਿਰਾਏ ਜੀ ਦੀ ਜਿਹੜੀ ਸੰਗਤ ਹੈ, ਨਾਨਕ ਨਾਮ ਲੇਵਾ ਸੰਗਤ ਹੈ, ਇਹ ਸਾਰੇ ਧਰਤੀ ਦੀ ਸਾਰ ਸੰਭਾਲ ਲਈ ਜ਼ਰੂਰ ਕਦਮ ਪੁੱਟਾਂਗੇ। ਆਓ ਇਸ 14 ਮਾਰਚ ਨੂੰ ਬਹੁਤ ਕਾਮਯਾਬ ਬਣਾਈਏ ਤਾਂ ਕਿ ਮਾਤਾ ਧਰਤੀ ਸਾਰ ਸੰਭਾਲ ਲਈ ਸਾਡੀ ਸੇਵਾ ਜਿਹੜੀ ਉਹ ਥਾਂ ਪਵੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।